ਪਰ ਹੁਣ ਸਰਕਾਰ ਆ ਗਈ, ਹੁਣ ਕੰਮ ਨਹੀਂ ਕਰ ਰਿਹਾ। ਇੱਥੋਂ ਸਿੱਧ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬੀ ਟੀਮ ਆ ਉਹ ਕੈਪਟਨ ਸਾਹਿਬ ਨੇ, ਜਿੱਥੇ ਟਰਾਂਸਪੋਰਟ ਮਾਫੀਆ ਸੁਖਬੀਰ ਸਿੰਘ ਬਾਦਲ ਨੇ ਖੜਾ ਕੀਤਾ, ਜਿੱਥੇ ਲੈਂਡ ਮਾਫੀਆ ਸੁਖਬੀਰ ਸਿੰਘ ਬਾਦਲ ਨੇ ਖੜਾ ਕੀਤਾ, ਜਿੱਥੇ ਸੈਂਡ ਮਾਫੀਆ ਸੁਖਬੀਰ ਸਿੰਘ ਬਾਦਲ ਨੇ ਖੜਾ ਕੀਤਾ, ਜਿੱਥੇ ਹੋਰ ਮਾਫੀਆ ਜਿਹੜੇ ਹੈਗੇ ਨੇ ਖੜੇ ਕੀਤੇ, ਉੱਥੇ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਨੇ ਬਿਜਲੀ ਮਾਫੀਆ ਵੀ ਖੜਾ ਕੀਤਾ। ਉਹਨੂੰ ਮੋਦੀ ਸਾਹਿਬ ਕੋਲ ਜਾਣਾ ਚਾਹੀਦਾ, ਜਾ ਕੇ ਉੱਥੋਂ ਮਨਜ਼ੂਰ ਕਰਵਾ ਕੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਚਾਹੀਦਾ। ਇਹ ਡਰਾਮੇਬਾਜ਼ੀ ਕਰ ਰਿਹਾ ਸੁਖਬੀਰ ਸਿੰਘ ਬਾਦਲ, ਡਰਾਮੇਬਾਜ਼ੀ ਤੋਂ ਸਿਵਾਏ ਹੋਰ ਕੁਛ ਨਹੀਂ ਹੈਗਾ। ਜਿੱਥੇ ਮੋਗਾ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਨੇ ਕਾਂਗਰਸੀਆਂ ਦੀ ਧੱਕੇਸ਼ਾਹੀ ਦੇ ਵਿਰੁੱਧ ਸਥਾਨਕ ਦਾਣਾ ਮੰਡੀ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀਆਂ ਨੂੰ ਦੱਬ ਕੇ ਰਗੜੇ ਲਾਏ। ਉੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਧਰਨੇ ਲਾ ਕੇ ਸੁਖਬੀਰ ਬਾਦਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਰਾਜ ਸੀ, ਉਸ ਵੇਲੇ ਵੀ ਬਿਜਲੀ ਦੇ ਬਿੱਲਾਂ ਨੇ ਆਮ ਲੋਕਾਂ ਦਾ ਦਿਵਾਲਾ ਕੱਢਿਆ ਸੀ ਅਤੇ ਅਕਾਲੀ ਰਾਜ ਦੇ ਵਿੱਚ ਕਈ ਵਾਰ ਬਿਜਲੀ ਦੇ ਰੇਟ ਵੀ ਵਧੇ ਸਨ, ਤਾਂ ਉਸ ਸਮੇਂ ਅਕਾਲੀ ਸਰਕਾਰ ਦਾ ਆਮ ਆਦਮੀ ਪਾਰਟੀ ਨੇ ਡਟ ਕੇ ਵਿਰੋਧ ਕੀਤਾ ਸੀ। ਚੀਮਾ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਲਈ ਲੜੇ ਨੇ ਅਤੇ ਲੜਦੇ ਰਹਿਣਗੇ, ਚਾਹੇ ਉਹਨਾਂ ਨੂੰ ਕੋਈ ਬੀ ਟੀਮ ਆਖੇ ਜਾਂ ਫਿਰ ਕੁਝ ਹੋਰ, ਪਰ ਉਹ ਪੰਜਾਬ ਦੇ ਹਿੱਤਾਂ ਦੇ ਲਈ ਡਟੇ ਰਹਿਣਗੇ। ਅਕਾਲੀ ਦਲ ਚਾਹੇ ਸਾਨੂੰ ਬੀ ਟੀਮ ਕਹੇ, ਅਕਾਲੀ ਦਲ ਸਾਨੂੰ ਸੀ ਟੀਮ ਕਹੇ, ਪਰ ਲੇਕਿਨ ਇਹ ਸਪਸ਼ਟ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਰੇਟ ਵਧਾਏ ਸੀਗੇ। ਅਸੀਂ ਕਹਿ ਰਹੇ ਹਾਂ ਕਿ ਕਾਂਗਰਸ ਪਾਰਟੀ ਜ਼ਿੰਮੇਵਾਰ ਆ, ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ 2017 'ਚ, ਕੈਪਟਨ ਸਾਹਿਬ ਨੇ ਚੋਣ ਮੈਨੀਫੈਸਟੋ 'ਚ ਲਿਖਿਆ ਸੀਗਾ, 129 ਪੇਜ ਦਾ ਚੋਣ ਮੈਨੀਫੈਸਟੋ 'ਚ ਲਿਖਿਆ ਸੀਗਾ ਕਿ ਮੈਂ ਜਿਹੜੇ ਐਗਰੀਮੈਂਟ ਹੋਏ ਨੇਗੇ ਪ੍ਰਾਈਵੇਟ ਕੰਪਨੀਆਂ ਦੇ ਨਾਲ, ਜਦੋਂ ਆਊਂਗਾ ਇਹ ਰੱਦ ਕਰੂੰਗਾ, ਪਰ ਰੱਦ ਨਹੀਂ ਕਰ ਰਿਹਾ। ਸਾਡਾ ਜਿਹੜਾ ਮੋਰਚਾ ਉਹ ਕੈਪਟਨ ਸਾਹਿਬ ਦੇ ਖਿਲਾਫ ਆ, ਸੁਖਬੀਰ ਸਿੰਘ ਬਾਦਲ ਦੇ ਖਿਲਾਫ ਆ। ਸੁਖਬੀਰ ਸਿੰਘ ਬਾਦਲ ਜੇ ਐਕਸਪੋਜ਼ ਕਰਨ ਆਇਆਂਗੇ ਕਿ ਸੁਖਬੀਰ ਸਿੰਘ ਬਾਦਲ ਨੇ ਖੁਦ ਬਾ ਖੁਦ ਇਹ ਸਮਝੌਤੇ ਕੀਤੇ ਜਿਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋ ਰਹੇ ਸੀ। ਚੀਮਾ ਸਾਹਿਬ 3 ਸਾਲ ਹੋ ਗਏ ਸਰਕਾਰ ਬਣੀ ਨੂੰ, ਬਿਜਲੀ ਦੇ ਰੇਟ ਪਿਛਲੇ 3 ਸਾਲਾਂ ਤੋਂ ਵੱਧ ਰਹੇ ਹੈਗੇ, ਹੁਣ ਅੱਧ ਹੋ ਚੱਕਿਆ ਹੈਗਾ ਸਰਕਾਰ ਦਾ, ਅੱਧ ਦੇ ਟਾਈਮ ਦੇ ਉੱਤੇ ਤੁਸੀਂ ਵੀ ਇਹ ਸਟੈਪ ਚੱਕਿਆ ਅਤੇ ਅਕਾਲੀ ਦਲ ਦੇ ਵਿੱਚ ਕਹਿਣ ਦਾ ਕੀ ਕਾਰਨ? ਦੇਖੋ, ਸਭ ਤੋਂ ਪਹਿਲਾਂ ਲਗਾਤਾਰ ਜਿੰਨੇ ਵਿਧਾਨ ਸਭਾ ਦੇ ਸੈਸ਼ਨ ਹੋਏ ਨੇਗੇ, ਹਰੇਕ ਸੈਸ਼ਨ ਦੇ ਦੌਰਾਨ ਅਸੀਂ ਬਿਜਲੀ ਬਜਟ ਦਾ ਮੁੱਦਾ ਚੱਕ ਦਿਆਂਗੇ, ਹੋਰ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਸਾਰੇ ਚੱਕ ਦਿਆਂਗੇ, ਪਰ ਲੇਕਿਨ ਅਸੀਂ ਸਮਾਂ ਦਿੱਤਾ ਸਰਕਾਰ ਨੂੰ, 2 ਸਾਲ ਲੰਘ ਗਏ, ਸਰਕਾਰ ਨੇ ਕੁਛ ਨਹੀਂ ਕੀਤਾ। ਪਿਛਲੇ ਵਿਧਾਨ ਸਭਾ ਸੈਸ਼ਨ ਜਿਵੇਂ ਮੀਤ ਜੀ ਨੇ ਕਿਹਾ ਗਾ, ਰਾਣਾ ਗੁਰਜੀਤ ਨੇ ਐਡਮਿਟ ਕੀਤਾ, ਮੇਰਾ ਕਾਲ ਅਟੈਂਸ਼ਨ ਮੋਸ਼ਨ ਸੀਗਾ, ਧਿਆਨ ਦਵਾਊ ਮਤਾ ਸੀ, ਉਹ 'ਚ ਕਿਹਾ ਰਾਣਾ ਗੁਰਜੀਤ ਨੇ ਵੀ 62,500 ਕਰੋੜ ਰੁਪਈਆ ਵਾਧੂ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ 25 ਸਾਲ ਦੇਣਾ ਪਊਗਾ, ਕਿੰਨਾ ਕਰਕੇ? ਇਹਨਾਂ ਐਗਰੀਮੈਂਟਾਂ ਕਰਕੇ, ਇਹ ਜਿਹੜੇ ਐਗਰੀਮੈਂਟ ਨੇ ਇਹਨਾਂ ਐਗਰੀਮੈਂਟਾਂ ਕਰਕੇ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ 62,500 ਕਰੋੜ ਰੁਪਏ ਦੇਣਾ ਪਊਗਾ, ਪਰ ਆਮ ਆਦਮੀ ਪਾਰਟੀ ਦਾ ਮੰਨਣਾ ਵੀ 70,000 ਕਰੋੜ ਦੇਣਾ ਪਊਗਾ। ਇੱਥੋਂ ਸਿੱਧਾ ਕਿ ਕੈਪਟਨ ਸਾਹਿਬ ਦਾ ਹੁਣ ਕਮਿਸ਼ਨ ਏਜੰਟ ਬਣੇ ਹੋਏ ਨੇ ਬਿੱਲ ਦੇ ਵਿੱਚ, ਹੁਣ ਜਿਹੜਾ ਕਮਿਸ਼ਨ ਸੁਖਬੀਰ ਸਿੰਘ ਬਾਦਲ ਨੇ ਲੈਂਦਾ ਸੀ ਪਹਿਲਾਂ, ਹੁਣ ਉਹ ਕਮਿਸ਼ਨ ਕੈਪਟਨ ਸਾਹਿਬ ਲੈ ਰਹੇ। ਪਰ ਕੈਪਟਨ, ਲੋਕ ਜਨਤਾ ਵੀ ਤਾਂ ਆਪ ਨੂੰ ਬੀ ਪਾਰਟੀ ਦੱਸ ਰਹੀ ਹੈ। ਬਿਲਕੁਲ, ਅਸੀਂ ਲੋਕਾਂ ਦੀ ਟੀਮ ਆ, ਲੋਕਾਂ ਦੀ ਇਹ ਟੀਮ ਆ, ਲੋਕਾਂ ਲਈ ਲੜ ਰਹੇ ਹਾਂ, ਲੋਕਾਂ ਲਈ ਸੰਘਰਸ਼ ਕਰ ਰਹੇ ਹਾਂ। ਆਹ ਜਿਹੜਾ ਮੁੱਦਾ ਗਾ ਲੋਕਾਂ ਦਾ ਗਾ, ਕੈਪਟਨ ਸਾਹਿਬ ਸੁਖਬੀਰ ਸਿੰਘ ਬਾਦਲ ਦੀ ਵੀ ਟੀਮ ਨੇ, ਕਿਉਂਕਿ ਕੈਪਟਨ ਇਹ ਸੁਖਬੀਰ ਸਿੰਘ ਬਾਦਲ ਰੇਟ ਵਧਾਏ ਨੇਗੇ ਔਰ ਉਹਨਾਂ ਰੇਟਾਂ ਦੇ ਉੱਤੇ ਮੋਹਰ ਕਿਉਂ ਲਾਤੀ? ਕੈਪਟਨ ਸਾਹਿਬ ਨੇ, ਕੈਪਟਨ ਸਾਹਿਬ ਨੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ, ਤੁਸੀਂ ਚੋਣ ਮੈਨੀਫੈਸਟੋ ਪੜ੍ਹ ਲਓ 'ਚ ਲਿਖਿਆ ਹੋਇਆ ਵੀ ਜਦੋਂ ਜੇਕਰ ਮੇਰੀ ਸਰਕਾਰ ਆਉਂਦੀ ਹੈ ਤਾਂ ਮੈਂ ਆਹ ਜਿਹੜੇ ਐਗਰੀਮੈਂਟ ਦੇ ਰੱਦ ਕਰੂੰਗਾ, ਪਰ ਹੁਣ ਸਰਕਾਰ ਆ ਗਈ, ਹੁਣ ਕੰਮ ਨਹੀਂ ਕਰ ਰਿਹਾ। ਇੱਥੋਂ ਸਿੱਧ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬੀ ਟੀਮ ਆ ਉਹ ਕੈਪਟਨ ਸਾਹਿਬ ਨੇ। ਅੱਜ ਮੋਗੇ ਰੱਖਣ ਦਾ ਮਕਸਦ ਇਹੀ ਸੀ ਵੀ ਅਕਾਲੀ ਦਲ ਦੀ ਰੈਲੀ ਇੱਥੇ ਤਾਂ? ਬਿਲਕੁਲ, ਮੋਗੇ ਦੇ ਲੋਕਾਂ ਨੂੰ ਦੱਸਣਾ ਆਇਆ, ਮੋਗੇ ਦੀ ਪ੍ਰੈਸ ਨੂੰ ਦੱਸਣਾ ਆਇਆ, ਮੋਗੇ ਦੇ ਹਰੇਕ ਨਾਗਰਿਕ ਨੂੰ ਦੱਸਣਾ ਆਇਆ ਕਿ ਵੀ ਕਿਸ ਤਰ੍ਹਾਂ ਸੁਖਬੀਰ ਬਾਦਲ ਨੇ ਜਿਹੜੀ ਲੁੱਟਮਾਰ ਪੰਜਾਬ ਦੀ, ਜਿਹੜਾ ਬਿਜਲੀ ਮਾਫੀਆ ਪੰਜਾਬ 'ਚ ਖੜਾ ਕੀਤਾ ਸੀਗਾ, ਜਿੱਥੇ ਟਰਾਂਸਪੋਰਟ ਮਾਫੀਆ ਸੁਖਬੀਰ ਸਿੰਘ ਬਾਦਲ ਨੇ ਖੜਾ ਕੀਤਾ, ਜਿੱਥੇ ਲੈਂਡ ਮਾਫੀਆ ਸੁਖਬੀਰ ਸਿੰਘ ਬਾਦਲ ਨੇ ਖੜਾ ਕੀਤਾ, ਜਿੱਥੇ ਸੈਂਡ ਮਾਫੀਆ ਸੁਖਬੀਰ ਸਿੰਘ ਬਾਦਲ ਨੇ ਖੜਾ ਕੀਤਾ, ਜਿੱਥੇ ਹੋਰ ਮਾਫੀਆ ਜਿਹੜੇ ਹੈਗੇ ਨੇ ਖੜੇ ਕੀਤੇ, ਉੱਥੇ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਨੇ ਬਿਜਲੀ ਮਾਫੀਆ ਵੀ ਖੜਾ ਕੀਤਾ ਸੀ। ਅੱਜ ਉਹੀ ਮਾਫੀਆ
ਜਿਹਨੂੰ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਰੱਦ ਕਰੂੰਗਾ, ਮੈਂ ਖਤਮ ਕਰੂੰਗਾ ਇਸ ਮਾਫੀਆ ਨੂੰ, ਅੱਜ ਉਸੇ ਮਾਫੀਆ 'ਚ ਕੈਪਟਨ ਸਾਹਿਬ ਭਾਈਵਾਲ ਬਣ ਗਏ। ਜਿਹੜਾ ਮਾਫੀਆ ਸੁਖਬੀਰ ਸਿੰਘ ਬਾਦਲ ਨੇ ਚਲਾਇਆ ਸੀਗਾ, ਅੱਜ ਉਸ ਮਾਫੀਆ ਦੇ ਭਾਈਵਾਲ ਕੀ ਨੇਗੇ ਕੈਪਟਨ ਸਾਹਿਬ ਨੇ। ਸੋ ਅੱਜ ਲੋਕਾਂ ਨੂੰ ਦੱਸਣ ਆਇਆਂਗੇ ਵੀ ਜਿਹੜਾ ਇਹ ਧਰਨੇ ਲਾ ਰਿਹਾ ਸੁਖਬੀਰ ਸਿੰਘ, ਜਿਹੜਾ ਬਾਦਲ ਪਖੰਡ ਕਰ ਰਿਹਾ, ਉਸ ਪਖੰਡ ਨੂੰ ਲੋਕਾਂ ਦੇ ਸਾਹਮਣੇ ਦੱਸਣਾ ਹੈ ਵੀ ਕਿਸ ਤਰ੍ਹਾਂ ਇਹ ਪੰਜਾਬ ਦਾ ਸਭ ਤੋਂ ਵੱਡਾ ਬਿਜਲੀ ਮਾਫੀਆ ਦਾ ਮੁਖੀ ਆ ਸੁਖਬੀਰ ਸਿੰਘ ਬਾਦਲ। ਅਸੀਂ ਪੈਂਫਲੇਟ ਦੇ ਵਿੱਚ ਵੀ ਲਿਖਿਆ ਹੋਇਆ ਇਹ ਤਿੰਨ ਕੰਪਨੀਆਂ ਤੋਂ ਬਿਨਾਂ ਪੰਜਾਬ ਸਰਕਾਰ ਇੱਕ ਚੌਥੀ ਕੰਪਨੀ ਤੋਂ ਵੀ ਜਿਹੜੀ ਹੈ ਉਹ ਬਿਜਲੀ ਲੈ ਰਹੀ ਹੈ, ਉਹ ਗੁਜਰਾਤ ਦਾ ਸ਼ਾਸਨ ਉਹਨਾਂ ਤੋਂ ਲੈ ਰਹੀ ਹੈ 17 ਪੈਸੇ ਨੂੰ, ਅਤੇ ਜਿਹੜੀਆਂ ਤਿੰਨ ਕੰਪਨੀਆਂ ਨੇ ਇਹਨਾਂ ਤੋਂ ਲੈ ਰਹੀ ਹੈ 1 ਰੁਪਏ 20 ਪੈਸੇ ਤੋਂ ਲੈ ਕੇ 2 ਰੁਪਏ 35 ਪੈਸੇ ਤੱਕ, 11-11, 12-12 ਗੁਣਾ ਮਹਿੰਗੇ ਰੇਟਾਂ 'ਤੇ ਐਗਰੀਮੈਂਟ ਸਾਈਨ ਕੀਤੇ ਅਕਾਲੀ ਦਲ ਨੇ, ਸੁਖਬੀਰ ਸਿੰਘ ਬਾਦਲ ਨੇ ਆਪਦੇ ਵਿੱਚ ਕਮਿਸ਼ਨ ਰੱਖੇ, ਅਤੇ ਹੁਣ ਇਹੀ ਆ ਕਿ ਧਰਨੇ ਲਾ ਰਹੇ ਆ, ਅਤੇ ਨਾਲ ਇਹਨਾਂ ਦੇ ਰਲੇ ਹੋਏ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੇ ਲੋਕ ਜਿੱਥੇ ਕਰਜ਼ਿਆਂ ਤੋਂ ਦੁਖੀ ਨੇ, ਜਿੱਥੇ ਨਸ਼ੇ ਤੋਂ ਦੁਖੀ ਨੇ, ਜਿੱਥੇ ਨੌਜਵਾਨ ਬੇਰੁਜ਼ਗਾਰ ਹੈ, ਉੱਥੇ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੇ ਲੋਕਾਂ ਦੀ ਦੁੱਖ ਦੀ ਰਗ ਹੈ ਕਿ ਪੰਜਾਬ 'ਚ ਸਭ ਤੋਂ ਵੱਧ ਬਿਜਲੀ ਦੇ ਬਿੱਲ ਆਉਂਦੇ ਆ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਬਣ ਦਿਉ, ਸਾਨੂੰ ਪਤਾ ਕਿ ਸੁਖਬੀਰ ਸਿੰਘ ਬਾਦਲ ਨੇ ਕਮਿਸ਼ਨ ਕੀਤਾ ਪ੍ਰਾਈਵੇਟ ਕੰਪਨੀਆਂ ਨਾਲ, ਅਸੀਂ ਸਰਕਾਰ ਬਣਨ ਨਾਲ ਜਿਹੜੇ ਇਹ ਐਗਰੀਮੈਂਟ ਨੇ ਰੱਦ ਕਰਾਂਗੇ, ਅਤੇ ਨਵੀਆਂ ਕੰਪਨੀਆਂ ਨਾਲ ਜਾਂ ਰਿਵਿਊ ਕਰਾਂਗੇ, ਜਾਂ ਨਵੀਆਂ ਕੰਪਨੀਆਂ ਜਿਹੜੀਆਂ ਸਸਤੀ ਬਿਜਲੀ ਦੇਣਗੀਆਂ ਸ਼ਾਸਨ ਵਰਗੀਆਂ, ਉਹਨਾਂ ਨੂੰ ਐਗਰੀਮੈਂਟ ਕਰਾਂਗੇ। ਪਰ ਅੱਜ 2.5 ਸਾਲ ਦਾ ਸਮਾਂ ਲੰਘ ਚੁੱਕਿਆ, ਨਾ ਐਗਰੀਮੈਂਟ ਰਿਵਿਊ ਹੋਇਆ, ਨਾ ਕੈਂਸਲ ਹੋਇਆ, ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਲੁੱਟ ਜਾਰੀ ਹੈ। ਹਰੇਕ ਸਾਲ ਭਾਵੇਂ ਉਹ ਪੱਤਰਕਾਰ ਨੇ, ਭਾਵੇਂ ਅਕਾਲੀ ਦਲ ਦੇ ਵਰਕਰ ਨੇ, ਭਾਵੇਂ ਕਾਂਗਰਸ ਦੇ ਵਰਕਰ ਨੇ, ਭਾਵੇਂ ਆਮ ਆਦਮੀ ਪਾਰਟੀ ਦੇ ਵਰਕਰ ਨੇ, ਭਾਵੇਂ ਪੰਜਾਬ ਦੇ ਆਮ ਲੋਕ ਨੇ, ਉਹਨਾਂ ਦੀਆਂ ਜੇਬਾਂ 'ਚੋਂ ਕੱਟ ਕੇ 2.5 ਕਰੋੜ ਰੁਪਇਆ ਹਰੇਕ ਸਾਲ ਉਹਨਾਂ ਕੰਪਨੀਆਂ ਦੀਆਂ ਜੇਬਾਂ 'ਚ ਜਾ ਰਿਹਾ, ਜਾਂ ਜਿਹੜਾ ਕਮਿਸ਼ਨ ਹੈ ਉਹ ਜੋ ਪਹਿਲਾਂ ਅਕਾਲੀ ਦਲ ਦੇ ਮੰਤਰੀਆਂ ਨੂੰ ਜਾਂਦਾ ਸੀ, ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਇਹਨਾਂ ਦੇ ਮੰਤਰੀਆਂ ਦੇ ਘਰਾਂ 'ਚ ਜਾ ਰਿਹਾ। ਅਤੇ ਅੱਜ ਅਸੀਂ ਇਸੇ ਕਰਕੇ, ਕਿਉਂਕਿ ਦੋਨੇ ਲੋਕ, ਦੋਨੇ ਪਾਰਟੀਆਂ, ਇਹ ਲੋਕ ਜ਼ਿੰਮੇਵਾਰ ਨੇ ਅੱਜ ਪੰਜਾਬ 'ਚ ਸਭ ਤੋਂ ਮਹਿੰਗੀ ਬਿਜਲੀ ਦੇ ਲਈ, ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਇਹਨਾਂ ਦਾ ਚਿਹਰਾ ਨੰਗਾ ਕਰ ਰਹੀ ਹੈ, ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਪਿੰਡ ਪਿੰਡ ਜਾ ਕੇ ਹਰ ਗਲੀ ਮਹੱਲੇ ਜਾ ਕੇ ਲੋਕਾਂ ਨੂੰ ਦੱਸ ਰਹੀ ਹੈ ਕਿ ਕਿਵੇਂ ਇਹ ਦੋਨੋਂ ਪਾਰਟੀਆਂ ਲੋਕਾਂ ਦੀ ਲੁੱਟ ਕਰ ਰਹੀਆਂ ਨੇ, ਅਤੇ ਅੱਜ ਲੋਕਾਂ ਨੂੰ ਦੁਬਾਰਾ ਗਮਰਾਹ ਕਰਨ ਲਈ ਸੁਖਬੀਰ ਸਿੰਘ ਬਾਦਲ ਇੱਥੇ ਮੋਗੇ ਜਾ ਕੇ ਬੈਠਾ। ਸੋ ਅਸੀਂ ਇਹਨਾਂ ਦਾ ਪਰਦਾਫਾਸ਼ ਕਰਨ ਲਈ ਅਸੀਂ ਗਰਾਊਂਡ 'ਤੇ ਵੀ ਜਾਵਾਂਗੇ, ਇੱਥੋਂ ਅਸੀਂ ਆ ਪੈਂਫਲੇਟ ਲੈ ਕੇ ਸਾਰੀ ਟੀਮ ਸਾਡੀ, ਅਸੀਂ ਇਹ ਚੌਂਕ 'ਚ ਜਾ ਕੇ ਮੰਗਣੇ ਵੰਡਣੇ ਹੈ ਕਿ ਕਿਸ ਤਰ੍ਹਾਂ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਨੂੰ ਗਮਰਾਹ ਕਰ ਰਿਹਾ, ਅਤੇ ਉਹਨਾਂ ਟਾਈਮ ਇਹ ਜਿਹੜਾ ਸਾਡਾ ਸੰਘਰਸ਼ ਹੈ ਆਮ ਆਦਮੀ ਪਾਰਟੀ ਦਾ, ਅਸੀਂ ਪੂਰੇ ਪੰਜਾਬ 'ਚ ਹਰ ਗਲੀ ਮਹੱਲੇ ਹਰ ਪਿੰਡ 'ਚ ਜਾਣਾ, ਅਤੇ ਲੋਕਾਂ ਨੂੰ ਜਾਗਰੂਕ ਕਰਕੇ ਸਰਕਾਰ ਨੂੰ ਮਜਬੂਰ ਕਰਨਾ ਕਿ ਜਿਹੜੇ ਐਗਰੀਮੈਂਟ ਨੇ ਇਹ ਰੱਦ ਕਰੇ, ਅਤੇ ਪੰਜਾਬ 'ਚ ਵੀ ਲੋਕਾਂ ਨੂੰ ਰਾਹਤ ਮਿਲੇ, ਦਿੱਲੀ ਵਾਂਗੂ ਇੱਥੇ ਵੀ, ਤਾਂ ਕਿ ਪੰਜਾਬ 'ਚ ਲੋਕਾਂ ਨੂੰ 1 ਰੁਪਇਆ ਬਿਜਲੀ ਜਿਵੇਂ ਦਿੱਲੀ 'ਚ ਮਿਲਦੀ ਹੈ ਉਵੇਂ ਪੰਜਾਬ 'ਚ ਵੀ ਲੋਕਾਂ ਨੂੰ ਮਿਲ ਸਕੇ। ਅਕਾਲੀ ਦਲ ਦੇ ਖਿਲਾਫ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਧਰਨੇ ਦੇ ਖਿਲਾਫ, ਤੁਹਾਨੂੰ ਨਹੀਂ ਲੱਗਦਾ ਤੁਸੀਂ ਕਾਨਫਰੰਸ ਕਰਕੇ ਕਾਂਗਰਸ ਦੀ ਫੀਟਿੰਗ ਕਰਦੇ? ਅਸੀਂ ਜੀ ਦੋਨਾਂ 'ਤੇ ਅਟੈਕ, ਸਾਡਾ ਦੋਨਾਂ 'ਤੇ, ਅਸੀਂ ਦੋਨਾਂ ਤੋਂ ਪੈਰਲਰ ਖੜ੍ਹੇ ਹਾਂ। ਕਾਂਗਰਸ ਵੀ ਓਨੀ ਹੀ ਭਾਈਵਾਲ ਹੈ, ਕਿਉਂਕਿ ਪਹਿਲਾਂ ਜਿਹੜਾ ਕਮਿਸ਼ਨ ਜਾਂਦਾ ਸੀ ਉਹ ਅਕਾਲੀ ਦਲ ਨੂੰ ਜਾਂਦਾ ਸੀ, ਹੁਣ ਮੈਂ ਸਾਫ਼ ਕਿਹਾ ਕਿ ਜਿਹੜਾ ਹੁਣ ਕਮਿਸ਼ਨ ਆ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਅਤੇ ਉਹਨਾਂ ਦੇ ਮੰਤਰੀਆਂ ਨੂੰ ਜਾਂਦਾ। ਇਸੇ ਕਰਕੇ ਜਿਹੜੇ ਐਗਰੀਮੈਂਟ ਨੇ ਰੱਦ ਨਹੀਂ ਕਰ ਰਹੇ। ਔਨ ਦਾ ਫਲੋਰ ਵਿਧਾਨ ਸਭਾ 'ਚ ਜਿਹੜੇ ਚੰਡੀਗੜ੍ਹ ਤੋਂ ਮੀਡੀਆ ਵਾਲੇ ਆਏ ਨੇ, ਉਹਨਾਂ ਨੂੰ ਪਤਾ ਗਾ ਕਿ ਰਾਣਾ ਗੁਰਜੀਤ ਨੇ ਆਪ ਮੰਨਿਆ ਕਿ 25 ਸਾਲਾਂ ਦੇ ਵਿੱਚ, ਅਸੀਂ ਤਾਂ 70,000 ਕਰੋੜ ਕਹਿੰਦੇ ਹਾਂ, ਪਰ 62,500 ਕਰੋੜ ਰੁਪਇਆ ਰਾਣਾ ਗੁਰਜੀਤ ਨੇ ਆਪ ਵੀ ਮੰਨਿਆ ਕਿ ਇਹਨਾਂ ਕੰਪਨੀਆਂ ਤੋਂ, ਇਹਨਾਂ ਕੰਪਨੀਆਂ ਦੇ ਹਿੱਸੇ ਜਾਊਗਾ ਆਮ ਲੋਕਾਂ 'ਚੋਂ ਲੈ ਕੇ। ਫਿਰ ਕੀ ਗੱਲ ਹੈ ਜੀ, ਕੱਲ੍ਹ ਹੀ ਨੂੰ ਰੱਦ ਕਰ ਰਹੇ, ਜਿੱਥੇ ਪਹਿਲਾਂ ਪਿਛਲੇ
10 ਸਾਲ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਸੀ ਲੋਕਾਂ ਦੀ ਲੁੱਟ ਲਈ, ਅੱਜ 2.5 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ। ਸਰ 3 ਸਾਲ। ਦੂਜੇ ਪਾਸੇ ਜੇਕਰ ਪ੍ਰੈਸ ਕਾਨਫਰੰਸ ਦੀ ਗੱਲ ਕਰੀਏ ਤਾਂ ਇੱਥੇ ਅਮਨ ਅਰੋੜਾ ਸਮੇਤ ਕਈ ਆਮ ਆਦਮੀ ਪਾਰਟੀ ਦੇ ਦਿੱਗਜ ਲੀਡਰ ਅਲੋਪ ਨਜ਼ਰ ਆਏ। ਇੱਥੋਂ ਤੱਕ ਕਿ ਵੱਡੀ ਗੱਲ ਤਾਂ ਇਹ ਵੀ ਰਹੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਅਤੇ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਜੋ ਕਿ ਮੋਗਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਮਨਜੀਤ ਸਿੰਘ ਬਿਲਾਸਪੁਰ ਵੀ ਗੈਰ ਹਾਜ਼ਰ ਰਹੇ। ਜਦੋਂ ਪੱਤਰਕਾਰਾਂ ਦੇ ਵੱਲੋਂ ਲੀਡਰਾਂ ਦੀ ਗੈਰ ਹਾਜ਼ਰੀ ਦੇ ਬਾਰੇ ਸਵਾਲ ਕੀਤਾ ਗਿਆ ਤਾਂ ਚੀਮਾ ਨੇ ਕਿਹਾ ਕਿ ਉਹਨਾਂ ਨੂੰ ਕੋਈ ਕੰਮ ਸੀ। ਚੀਮਾ ਸਾਹਿਬ, ਅਮਨ ਅਰੋੜਾ ਨਾਰਾਜ਼ ਚੱਲ ਰਿਹਾ ਪਾਰਟੀ ਤੋਂ, ਅੱਜ ਵੀ ਨਹੀਂ ਮੀਟਿੰਗ 'ਚ ਹਾਜ਼ਰ, ਕੱਲ੍ਹ ਵੀ ਉਹਨਾਂ ਨੇ ਬਿਆਨ ਆਏ ਸੀਗੇ, ਕੀ ਵਜ੍ਹਾ ਹੈ ਆਮ ਆਦਮੀ ਪਾਰਟੀ 'ਚ ਫਿਰ ਦੋ ਫਾੜ ਹੋਣ ਦੇ? ਸਾਰੇ MLA ਨਾਰਾਜ਼ ਨੇ, ਹੋਰ ਵੀ ਨਹੀਂ ਆਏ? ਸਿਰਫ ਕਮਿਊਨੀਕੇਸ਼ਨ ਗੈਪ ਦੀ ਜਿਹੜੀ ਮਤਲਬ ਕਿ ਕਮੀ ਰਹਿ ਗਈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਮੈਂ ਅੱਜ ਵੀ ਸਪਸ਼ਟ ਕਰਦਾ, ਮੇਰੀ ਜਿਹੜੀ ਡਿਊਟੀ ਲਾਈ ਆ ਉਹ ਸਿਰਫ ਮੈਨੇਜਮੈਂਟ 'ਤੇ ਲਾਈ ਆ ਕਿ ਕਿਸ ਤਰ੍ਹਾਂ ਇਹਨੂੰ ਅੰਦੋਲਨ ਨੂੰ ਅੱਗੇ ਲੈ ਕੇ ਜਾਣਾ। ਜੇ ਆਮ ਆਦਮੀ ਪਾਰਟੀ ਨੂੰ ਇਹਦੇ ਲਈ ਧਰਨਾ ਲਾਉਣਾ ਪਿਆ, ਆਮ ਆਦਮੀ ਪਾਰਟੀ 'ਚੋਂ ਕਿਸੇ ਇੱਕ ਬੰਦੇ ਨੂੰ ਭੁੱਖ ਹੜਤਾਲ 'ਤੇ ਬੈਠਣਾ ਪਿਆ, ਤਾਂ ਮੈਂ ਤੁਹਾਨੂੰ ਅੱਜ ਕਹਿਣਾ ਉਹ ਬਿਜਲੀ ਮੋਰਚੇ ਲਈ ਅਮਨ ਅਰੋੜਾ ਜੀ ਬੈਠੇ। ਮੀਡੀਆ 'ਚ 11 MLA ਦੇ ਵਿੱਚ ਮਿਸਕਮਿਊਨੀਕੇਸ਼ਨ, ਕੀ ਕਹਿਣਾ ਅਮਨ ਅਰੋੜਾ ਦਾ ਕਿ ਸਿਰਫ 11 MLA ਉਹਨਾਂ ਵਿੱਚ ਮਿਸਕਮਿਊਨੀਕੇਸ਼ਨ? ਦੇਖੋ, 11 MLA ਸੀਗੇ, ਸਭ ਨੂੰ ਸੁਨੇਹੇ ਲੱਗੇ ਸੀਗੇ, ਕਿਤੇ ਬਲਜਿੰਦਰ ਕੌਰ ਨੂੰ ਸੁਨੇਹਾ ਲੱਗਣ ਰਹਿ ਗਿਆ ਅਤੇ ਅਮਨ ਅਰੋੜਾ ਜੀ ਨੂੰ। ਅਗਲੀ ਵਾਰ ਸਾਰੇ ਇਕੱਠੇ ਹੋ ਜਾਣਗੇ, ਕੋਈ ਬੜੀ ਵੱਡੀ ਗੱਲ ਨਹੀਂ ਹੋਣਾ, ਗੱਲਬਾਤ ਹੋ ਗਈ, ਮਿਸਕਮਿਊਨੀਕੇਸ਼ਨ ਹੈਗਾ ਸੀ, ਗੈਪ ਪੈ ਗਿਆ ਸੀਗਾ, ਉਹ ਗੈਪ ਦੂਰ ਕਰ ਲੈਣਾ, ਕੋਈ ਬੜੀ ਵੱਡੀ ਗੱਲ। ਉੱਥੇ ਨਾਲ ਹੀ ਉਹਨਾਂ ਚੰਡੀਗੜ੍ਹ ਦੇ ਬਾਰੇ ਕਿਹਾ ਕਿ ਹੁਣ ਬਾਦਲ ਪਰਿਵਾਰ ਦਿੱਲੀ ਦੀ ਸੱਤਾ ਦੇ ਉੱਤੇ ਕਾਬਜ਼ ਹੈ ਅਤੇ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣ, ਉੱਥੇ ਚੰਡੀਗੜ੍ਹ ਦੀ ਗੱਲ ਕਿਉਂ ਨਹੀਂ ਕਰਦੇ? ਚੀਮਾ ਸਾਹਿਬ, ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਬੜਾ ਹੁਣ ਪੰਜਾਬ ਨੂੰ ਦੇਣ ਲਈ ਫਿਰ ਦੁਬਾਰਾ ਲੰਮੇ ਸਮੇਂ ਬਾਅਦ ਗੱਲ ਚੱਲੀ, ਆਮ ਆਦਮੀ ਪਾਰਟੀ ਦਾ ਕੀ ਸਟੈਂਡ ਆ ਉਹ ਤੇ ਸੁਖਬੀਰ ਨੇ ਜਿਹੜਾ ਰੇਜ਼ ਕੀਤਾ ਕੁਐਸਚਨ? ਦੇਖੋ, ਸੁਖਬੀਰ ਸਿੰਘ ਬਾਦਲ ਜਦੋਂ ਸੱਤਾ 'ਚ ਹੁੰਦਾ ਉਦੋਂ ਜਿਹੜੀ SYL ਦਾ ਮੁੱਦਾ ਭੁੱਲ ਜਾਂਦਾ, ਚੰਡੀਗੜ੍ਹ ਦਾ ਮੁੱਦਾ ਭੁੱਲ ਜਾਂਦਾ, ਪਾਣੀਆਂ ਦਾ ਮੁੱਦਾ ਭੁੱਲ ਜਾਂਦਾ। ਜਦੋਂ ਸੱਤਾ 'ਚੋਂ ਬਾਹਰ ਹੋ ਜਾਂਦਾ ਉਸੇ ਸਮੇਂ ਸਾਰੇ ਪੰਜਾਬ ਨੂੰ ਜਿਹੜੇ ਮੁੱਦੇ ਯਾਦ ਆ ਜਾਂਦੇ ਨੇਗੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਚੰਡੀਗੜ੍ਹ ਮਿਲੇ ਪੰਜਾਬ, ਕਿਉਂਕਿ ਚੰਡੀਗੜ੍ਹ ਪੰਜਾਬ ਦਾ, ਇਸ ਗੱਲ ਲਈ ਅਸੀਂ ਖੜ੍ਹੇ ਹਾਂਗੇ। ਪਰ ਲੇਕਿਨ ਸੁਖਬੀਰ ਸਿੰਘ ਬਾਦਲ ਜੋ ਸੱਤਾ 'ਚ ਹੁੰਦਾ ਉਦੋਂ ਕਿਉਂ ਨਹੀਂ ਇਹ ਕਾਰਵਾਈ ਕਰਦਾ? ਸੁਖਬੀਰ ਸਿੰਘ ਬਾਦਲ ਹੁਣ ਕਿੱਥੇ ਆ? ਸੈਂਟਰ 'ਚ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਆ ਗਈ, BJP ਦੀ ਸਰਕਾਰ ਆ ਗਈ, ਉਹਨੂੰ ਮੰਗ ਕਰਨ ਦੀ ਲੋੜ ਨਹੀਂ ਹੈਗੀ, ਉਹਨੂੰ ਧਰਨੇ ਦੇਣ ਦੀ ਲੋੜ ਨਹੀਂ ਹੈ। ਇਸ ਗੱਲ ਕਰਕੇ ਉਹਨੂੰ ਮੋਦੀ ਸਾਹਿਬ ਕੋਲ ਜਾਣਾ ਚਾਹੀਦਾ, ਜਾ ਕੇ ਉੱਥੋਂ ਮਨਜ਼ੂਰ ਕਰਵਾ ਕੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਚਾਹੀਦਾ। ਇਹ ਡਰਾਮੇਬਾਜ਼ੀ ਕਰ ਰਿਹਾ ਸੁਖਬੀਰ ਸਿੰਘ ਬਾਦਲ, ਡਰਾਮੇਬਾਜ਼ੀ ਤੋਂ ਸਿਵਾਏ ਹੋਰ ਕੁਛ ਨਹੀਂ ਹੈਗਾ। ਜੇਕਰ ਉਹ ਸਿਹਰਤਾ ਹੈਗਾ ਪੰਜਾਬ ਦੇ ਲਈ ਤਾਂ ਅੱਜ ਉਹਦੀ ਧਰਮ ਪਤਨੀ ਬੈਠੀ ਆ ਜਿਹੜੀ, ਉਹ ਕਹੇ ਮੋਦੀ ਸਾਹਿਬ ਨੂੰ ਮੈਂ ਅਸੀਂ ਸਰਕਾਰ ਛੱਡ ਦਿੰਦੇ, ਚੰਡੀਗੜ੍ਹ ਦਿਓ ਪੰਜਾਬ ਨੂੰ, ਕਿਉਂ ਨਹੀਂ ਦਿੰਦੇ ਹੈਗੇ? ਸੋ ਇੱਥੋਂ ਪਤਾ ਲੱਗਦਾ ਸੁਖਬੀਰ ਸਿੰਘ ਬਾਦਲ ਸਿੱਧੇ ਡਰਾਮੇ ਕਰ ਲਿਆ, ਡਰਾਮੇਬਾਜ਼ੀ ਤੋਂ ਹੋਰ ਕੁਛ ਨਹੀਂ। ਮੋਗਾ ਤੋਂ ਚਮਕੌਰ ਲੋਪੋ ਦੀ ਰਿਪੋਰਟ, ਪੈਰੇਦਾਰ TV। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ 'ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।